ਦਿਖਾਈ ਦੇ ਰਹੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਤੇ ਮਾਛੀਵਾੜਾ ਸਾਹਿਬ ਦੀਆਂ ਨੇ। ਹੜਤਾਲ ਦੇ ਨਾਂ ਤੇ ਕਿਸਾਨਾਂ ਵੱਲੋਂ ਦੁੱਧ ਦੀ ਬੇਕਦਰੀ ਕੀਤੀ ਜਾ ਰਹੀ ਹੈ। ਸੜਕਾਂ ਤੇ ਦੁੱਧ ਡੋਲਿਆ ਜਾ ਰਿਹਾ ਹੈ, ਦੁੱਧ ਨਾਲ ਸੜਕਾਂ ਚਿੱਟੀਆਂ ਹੋ ਗਈਆਂ। ਤਸਵੀਰਾਂ 'ਚ ਵੇਖ ਸਕਦੇ ਹੋ ਕਿਵੇਂ ਕਿਸਾਨਾਂ ਨੇ ਦੋਧੀਆਂ ਕੋਲੋਂ ਜ਼ਬਰਦਸਤੀ ਦੁੱਧ ਲੈ ਕੇ ਸੜਕ ਤੇ ਡੋਲ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ 10 ਜੂਨ ਤੱਕ ਇਹੀ ਹਾਲ ਰਹੇਗਾ ਤੇ ਉਹ ਫਲ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਨਹੀਂ ਹੋਣੀ। ਪਹਿਲਾਂ ਤਾਂ ਪ੍ਰੇਮ ਪਿਆਰ ਨਾਲ ਵਾਪਸ ਆਨੇ ਜਾਓ, ਜੇ ਕੋਈ ਧੱਕਾ ਕਰੂਗਾ ਜਾਂ ਵਾਪਸ ਨਾ ਜਾਊਗਾ ਉਹਦੇ ਨਾਲ ਫਿਰ ਅਸੀਂ ਉਹਨੂੰ ਸਖਤੀ ਵੀ ਕਰਾਂਗੇ। ਪਰ ਜਿਹੜਾ ਬੰਦਾ ਵਾਪਸ ਪ੍ਰੇਮ ਪਿਆਰ ਨਾਲ ਮੁੜਦਾ ਉਹਦੇ ਨਾਲ ਸਾਡੇ ਜਥੇਬੰਦੀ ਦਾ ਕੋਈ ਸੂਲ ਨਹੀਂ ਕਿਸੇ ਨੇ ਧੱਕਾ ਕਰਾਂਗਾ। ਪਰ ਫਰੀਦਕੋਟ 'ਚ ਹਾਲਾਤ ਹੁਸ਼ਿਆਰਪੁਰ ਵਰਗੇ ਹੀ ਵਿਖਾਈ ਦਿੱਤੇ। ਫਰਕ ਸਿਰਫ ਇੰਨਾ ਹੈ ਕਿ ਇੱਥੇ ਦੁੱਧ ਦੀ ਜਗ੍ਹਾ ਫਲ ਸਬਜ਼ੀਆਂ ਬਰਬਾਦ ਹੋਈਆਂ। ਕਿਸਾਨਾਂ ਨੇ ਰੇੜੀਆਂ ਗੱਡੀਆਂ ਵਾਲਿਆਂ ਤੋਂ ਜ਼ਬਰਦਸਤੀ ਸਬਜ਼ੀਆਂ ਤੇ ਫਲ ਲੈ ਕੇ ਸੜਕਾਂ ਤੇ ਢੇਰ ਕਰ ਦਿੱਤੇ। ਕਿਸਾਨਾਂ ਨੇ ਆਪਣੀ ਜਿੱਦ ਤਾਂ ਪੁਗਾ ਲਈ, ਪਰ ਉਹਨਾਂ ਲੋਕਾਂ ਦਾ ਕੀ ਜੋ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਰਫਤਾਰ ਨਿਊਜ਼ ਲਈ ਬਿਊਰੋ ਰਿਪੋਰਟ।